ਕਹਿੰਦੇ ਕਿ ਅਲੀ ਅਬਾਸ ਅਸਕਰੀ ਸਾਹਿਬ ਦਾ ਵੀ ਰਾਬਤਾ ਹੋਇਆ, ਉਹ ਵੀ ਪਹੁੰਚਦੇ ਪਏ ਨੇ, ਅਗਰ ਪਹੁੰਚ ਗਏ ਤਾਂ ਬਿਸਮਿਲ੍ਲਾ, ਨਾ ਪਹੁੰਚੇ ਤਾਂ ਸਾਰੇ ਹਜ਼ਰਤ ਨੂੰ ਗੁਜ਼ਾਰਿਸ਼ ਹੈ ਜਨਾਬ ਨਹੀਂ ਦਬਾ ਜੰਗ ਸਾਹਿਬ ਦੀ ਆਮਦ ਆਪਣੀ ਆਪਣੀ ਇਬਾਦਤ ਵਾਸਤੇ, ਬਾਨੀ ਜਸ ਸਰਦਾਰ ਗੁਲਾਮ ਬਾਦਸ਼ਾਹ ਸਾਹਿਬ, ਸਰਦਾਰ ਦਾਦਾ ਜਵਾਦ ਬਾਦਸ਼ਾਹ ਸਾਹਿਬ, ਉਹਨਾਂ 'ਤੇ ਮੁਸਤ ਰਿਜ਼ਕ ਵਾਸਤੇ, ਉਹਨਾਂ ਦੇ ਮਰਹੂਮੀਨ ਬਿਲਖਸੂਸ ਉਹਨਾਂ ਦੇ ਵਾਲਦ ਮੋਹਤਰਮ ਸਰਦਾਰ ਫਜ਼ਲ ਬਾਦਸ਼ਾਹ ਸਾਹਿਬ ਦੇ, ਰਈਸ ਆਜ਼ਮ ਅਫਰੋਜ਼ ਸਰਦਾਰ ਸਰਦਾਰ ਗੁਲਾਮ ਬਾਦਸ਼ਾਹ ਸਾਹਿਬ ਦੇ ਬੇਲੰਦੀ ਦਰਜਾਤ ਵਾਸਤੇ ਥੱਕ ਕੇ ਨਹੀਂ ਬਾਵਾਜ਼ੇ ਬੁਲੰਦ ਸਲਵਾਤ ਕਰਦੇ ਨੇ ਹਜ਼ਰਤ ਮੌਲਾਨਾ ਸੱਲੇ ਅਲਾ ਮੁਹੰਮਦ ਵਾ ਆਲੇ ਮੁਹੰਮਦ। ਨਹੀਦ ਅਬਾਸ ਜੰਗ ਸਾਹਿਬ ਆਪਣੇ ਮਖਸੂਸ ਅੰਦਾਜ਼ ਵਿੱਚ ਇਨਸ਼ਾਅੱਲਾ ਖਿਤਾਬ ਕਰ ਸਕਣ, ਅਤੇ ਸਾਰੇ ਹਜ਼ਰਤ ਨੂੰ ਗੁਜ਼ਾਰਿਸ਼ ਹੈ ਨਿਆਜ਼ੇ ਮੌਲਾ ਜਸ਼ਨ ਨੂੰ ਜਸ਼ਨ ਬਣਾ ਕੇ ਬੈਠੋ, ਬੜੀ ਮਿਹਰਬਾਨੀ, ਬਹੁਤ ਸ਼ੁਕਰੀਆ। ਅਤੇ ਫਿਰ ਇਹੋ ਗੁਜ਼ਾਰਿਸ਼ ਕਿ ਕਿਉਂਕਿ ਚਾਰ ਦੀਵਾਰੀ ਵਿੱਚ ਕੁਝ ਪੈ ਰਹੇ ਹਨ, ਆਇਮਾ ਅਲੈਹਿਸ ਸਲਾਮ ਦੀ ਸ਼ਿਰਕਤ ਹੁੰਦੀ ਹੈ, ਕੋਈ ਐਸੀ ਖਤਾ ਗਲਤੀ ਨਾ ਹੋ ਜਾਵੇ ਜਿਹੜੀ ਬੈਸੇ ਗੁਨਾਹ ਬਣੇ। ਬੜੀ ਮਿਹਰਬਾਨੀ ਜ਼ਾਕਿਰ ਅਲ ਬੈਦ ਨਹੀਦ ਅਬਾਸ ਜੰਗ ਸਾਹਿਬ ਦੀ ਆਮਦ ਆਪਣੀ ਆਪਣੀ ਇਬਾਦਤ ਵਾਸਤੇ ਥੱਕ ਕੇ ਨਹੀਂ ਬਾਵਾਜ਼ ਬੁਲੰਦ ਸਲਵਾਤ ਕਰਦੇ ਨੇ। ਨਾਰਾਏ ਤਕਬੀਰ ਅੱਲਾਹੁ ਅਕਬਰ, ਨਾਰਾਏ ਤਕਬੀਰ ਸਾਰੇ ਮੁਸਲਮਾਨ ਬੈਠੇ। ਅਲੀ ਦੇ ਅੱਲਾਹ ਦਾ ਨਾਂ ਅੱਧੇ ਮੁਮਨੀ ਨੇ ਚਾਹ ਬਈ ਜਾਨ ਸਰ ਚਾਓ, ਕਾਇਨਾਤ ਦੇ ਖਾਲਿਕ ਮਾਲਿਕ ਦਾ ਨਾਂ ਚਾਓ। ਨਾਰਾਏ ਤਕਬੀਰ ਅੱਲਾਹ ਅਕਬਰ, ਨਾਰਾਏ ਰਿਸਾਲਤ ਯਾ ਰਸੂਲ ਅੱਲਾ, ਨਾਰਾਏ ਰਿਸਾਲਤ ਯਾ ਰਸੂਲ ਅੱਲਾ, ਨਾਰਾਏ ਹੈਦਰੀ ਯਾਲੀ ਯਾਲੀ ਥੱਕੋ ਨਾਰਾ ਨਹੀਂ, ਸਾਰੇ ਬੋਲੋ ਹੈਦਰੀ। ਓ ਬਿਸਮਿਲ੍ਲਾ ਕਰਾਂ, ਯਾਲੀ ਯਾਲੀ ਹੁਸੈਨੀਅਤ, ਉੱਚਾ ਬੋਲੇ ਸੋ ਹੁਸੈਨੀਅਤ, ਜ਼ਿੰਦਾਬਾਦ ਯਜ਼ੀਦੀਅਤ, ਮੁਰਦਾਬਾਦ ਆਲੇ ਮੁਹੰਮਦ ਦੇ ਦੁਸ਼ਮਣਾਂ ਤੇ ਲਾਨਤ, ਬੇਸ਼ੁਮਾਰ ਆਲੇ ਮੁਹੰਮਦ ਦੇ ਕਾਤਲਾਂ ਤੇ ਲਾਨਤ, ਬੇਸ਼ੁਮਾਰ ਜਿਹੜਾ ਨਾ ਕਰੇ ਉਸ ਤੇ ਵੀ ਲਾਨਤ, ਬੇਸ਼ੁਮਾਰ ਜਿਤਨਾ ਜ਼ਿਹਨਾਂ ਦੇ ਵਿੱਚ ਆਲੇ ਮੁਹੰਮਦ ਦੀ ਅਜ਼ਮਤ ਬੁਲੰਦ ਹੈ, ਕੋਸ਼ਿਸ਼ ਕਰੋ ਬਾਵਾਜ਼ ਬੁਲੰਦ ਸਲਵਾਤ। ਜਿਹੜੇ ਬੈਠੇ ਹੋ ਸ਼ੀਆ ਬਾਈ ਜਾਨ, ਮੈਡੋ ਡੇਕ ਬਾਈ ਬਾਈ, ਮੈਡੋ ਡੇਕ ਬਾਈ, ਮੈਡੋ ਡੇਕ ਮੈਡੋ। ਜਿਹੜੇ ਬੈਠੇ ਹੋ ਸ਼ੀਆ ਮਵਾਲੀਆਂ ਨੇ ਹੈਦਰ ਖੜਾ, ਕਦੀ ਨਾ ਭੁਲਾਉਣ ਵਾਲਾ ਜਸ਼ਨ ਪੜਨਾ ਚਾਹ ਪੜਾ ਇੱਕ ਦਫਾ ਪੂਰਾ ਪਿੰਡ ਮੇਰੇ ਅਲਪਾਸ ਨਜ਼ਰ ਅੱਲਾਹ ਨਿਆਜ਼ ਹੁਸੈਨ ਭਈਆ ਮੇਰੋ ਭਾਈ ਭਾਈ, ਇੱਕੋ ਦਫਾ ਜਿੱਥੇ ਬੈਠੇ ਹੋ, ਹੁਣ ਟਾਈਮ ਹੈ ਮੰਗਣ ਦਾ ਟਾਈਮ, ਇਹ ਪਿੰਡਾਂ ਦਾ ਟਾਈਮ ਜੀ, ਸਾਰੀ ਜਾਗ ਬੈਠੇ ਹੋ, ਹੁਣ ਇਬਾਦਤ ਕਰੋ। ਸਰਦਾਰ ਜੀ ਇਹਨਾਂ ਮੋਮਨੀਨ ਨੂੰ ਆਖੋ ਇੱਕ ਦਫਾ ਜਿੱਥੇ ਬੈਠੋ ਇਹ ਹਾਥੀ ਖੋਲੋ, ਇਹ ਝੋਲੀ ਵੀ ਪੈਣ। ਮੈਂ ਵੇਖਦਾ ਪਈ ਹਾਂ ਬਈ ਕਿਸ ਕਿਸ ਮੋਮਨੀਨ ਨੇ ਆਪਣੇ ਫਾਇਦੇ ਵਾਸਤੇ, ਸਾਰੇ ਬਈ ਸਾਰਿਆਂ ਕਹਾ ਕੇ ਬਈ, ਮਤਲਬ ਜਵਾਨ ਸਾਦਾਤ ਕਹਿ ਰਹੇ ਸਾਦਾਤ, ਠੀਕ ਹੋ ਗਈ ਠੀਕ। ਜਸ਼ਨ ਮੈਂ ਬੜਾ ਸੋਹਣਾ ਬਣਾ, ਪੱਕੀ ਗੱਲ ਬਹੁਤ ਖੂਬਸੂਰਤ। ਤੂੰ ਕੀ ਸਮਝਦਾ ਹੈ, ਸਾਲ ਦੀ ਮਿਹਨਤ ਹੋਵੇ ਬਾਣੀ ਆਉਂਦੀ, ਤੁਸਾਂ ਜਾ ਕੇ ਵੀ ਬੈਠੇ ਹੋ, ਬੰਦਾ ਬੈਠੇ ਜੀਦਾ ਹੋਵੇ ਅਤੇ ਜੱਗ ਦੇ ਸਾਹਮਣੇ ਓਏ ਹੁਸੈਨ ਹੀ ਹੋ ਕੇ ਤਾਂ ਹੁਸੈਨ ਨਾ ਸੁਣੇ ਰਜਵਾ ਸਾਦਾ ਜ਼ਿੰਦਾਬਾਦ ਬਹੁਤ ਖੋ। ਮੈਂ ਤੁਹਾਨੂੰ ਆ ਕੇ ਹੱਥ ਖੋਲੋ, ਤੁਸੀਂ ਖੋਲੇ ਝੋਲੀ ਫੈਲਾਈ, ਤੁਸੀਂ ਤਾਂ ਵੈਸੇ ਬੜੇ ਸ਼ੀਆ ਹੋ, ਬੜੇ ਮੋਮਿਨ ਹੈ, ਮੈਂ ਮੰਨਦਾ ਜੇ ਤੁਸੀਂ ਹੈ ਤਾਂ ਮੇਰੇ ਸਮੇਂ ਤੋਂ ਮਾਰ ਵੀ ਸ਼ੀਆ ਹੀ,
ਉਹ ਕੱਟੀ ਜ਼ਬਾਨ ਨਾਲ ਬੋਲੇ, ਤੂੰ ਜ਼ਬਾਨ ਹੀ ਰੱਖੇ ਤਾਂ ਨਾ ਬੋਲੇ, ਜੇ ਤੂੰ ਸ਼ੀਆ ਕਸਮ ਤੈਨੂੰ ਬਤੂਲ ਦੇ ਪੁੱਤਰਾਂ ਦੀ। ਇੱਥੇ ਕਰਕੇ ਸਲਵਾਰ ਪਰ ਮਲੋਂ ਫੀਏ ਦਿਨ ਦੇ ਦੋ ਨੇ ਸਲਵਾਤ ਬਾਬਾ ਦੇ ਬਰਾਮ ਅੱਲਾਹੁਮਾ ਸੱਲੇ ਆਲਾ ਮੁਹੰਮਦ ਵਾਲੇ ਮੁਹੰਮਦ। ਬਹੁਤ ਬੜੀ ਮਿਹਰਬਾਨੀ ਸਾਈਂ, ਇਜਾਜ਼ਤ ਹੋਵੇ ਕਸੀਦੇ ਮੇਰੇ ਕੋਲ ਬੜੇ ਨੇ, ਇਹ ਤੁਹਾਡੇ ਤੇ ਛੁੜਿਆ ਦਾ ਪਿਆ, ਮੈਂ ਕੋ ਕਿਤਨੇ ਪੜ੍ਹਨੇ ਚਾਹੀਦੇ ਨੇ। तीन शाबान को तीन शाबान को मुर्शिद जी तुहाडे मजमे दी भी किस्मत मेरी भी किस्मत। ਮੈਂ ਇਹਦੇ 'ਤੇ ਇੱਕ ਵਾਅਦਾ ਕਰਨਾ ਚਾਹੁੰਦਾ, ਕਸੀਦਾ ਮੈਂ ਬੜਾ ਸੋਹਣਾ ਸੁਣਾਉਣਾ ਚਾਹੁੰਦਾ ਇਹਨਾਂ ਮੋਮਨੀਨ ਨੂੰ, ਕਿਵੇਂ ਦੋ ਮਿੰਟਾਂ ਦੀ ਖਾਤਰ ਅੱਖਾਂ ਖੋਲ ਕੇ ਅਤੇ ਮੇਰੇ ਦੇਖੋ। ਮੇਰੇ ਜਿਹੜੇ ਸੱਜੇ ਖੱਬੇ ਮੇਰੇ ਭਾਈ ਬੈਠੇ ਨਾ, ਤੁਸਾਂ ਬੋਲੋ, ਮੈਂ ਕਿਹਾ ਕਿ ਤੀਨ ਤੁਸਾਂ ਨਹੀਂ ਬੋਲੇ, ਮੈਂ ਮੇਰੇ ਸਾਹਮਣੇ ਬੋਲ ਤੀਨ ਸ਼ਾਬਾਨ ਕੋ ਇੱਕ ਉਕਦਾ ਕੁਸ਼ਾ ਹੋ ਰਹਾ ਹੈ, ਤੀਨ ਸ਼ਾਬਾਨ ਹੁਸੈਨ ਦੇ ਨਾਂ ਤੇ ਬੜਾ ਵਾਸਤਾ ਮੈਂ ਦੇ ਖਲੋਤਾ, ਮੇਰੇ ਮੂੰਹ ਚ ਵਾਸਤਾ ਨਿਕਲ ਆ ਗਿਆ ਯਾਰ, ਮੈਨੂੰ ਮਾਫੀ ਦੇਵੇ, ਹੁਣ ਵਾਸਤੇ ਦੀ ਕਦਰ ਕਰੈ ਚਾ, ਮੇਰੇ ਮੂੰਹ ਚ ਨਿਕਲ ਆ ਗਿਆ। ਸੁਣੋ ਸਹਿਨ ਤੌਹੀਦ ਕਾ ਬਿਸਮਿਲਾ ਕਰਾਂ, ਲਓ ਬਈ ਸਰ ਚਾਓ, ਆਲੇ ਮੁਹੰਮਦ ਨੂੰ ਸੋਚ ਨਹੀਂ, ਬੰਦੇ ਦਾ ਪੁੱਤਰ ਬਣ ਤੇ ਮਨ। ਵਾਹ 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 ਵਾਹ, ਇਹ ਕੌਮ 2 ਵਜੇ ਜਾਗ ਜਾਗ ਕੇ ਹੁਸੈਨ ਹੁਸੈਨ ਕਰ ਰਹੀ ਹੈ, ਇਹਨਾਂ ਨੂੰ ਪਤਾ ਇਮਾਮ ਹੁਸੈਨ ਹੈ ਜੰਨਤ ਦਾ ਮਾਲਕ, ਜੇ ਤੇਰੇ ਪੀਰ ਜੰਨਤ ਦੇ ਮਾਲਕ ਹੀ ਤਾਂ ਸਤੇਜੋ ਆਉਂਦੇ ਹੈ, ਜੇ ਸਾਰੇ ਤਾਂ ਤੈਨੂੰ ਮੰਨਣਾ ਪੋਸੀ ਨਾਲੇ, ਤੂੰ ਸੁਚੈਂਦਾ ਉਹਦੇ ਆਲੇ ਮੁਹੰਮਦ ਨੂੰ, ਤੇਰੇ ਤੇ ਆਲੇ ਮੁਹੰਮਦ ਦੇ ਆਵਾਂ ਵਿੱਚ ਬੜਾ ਫਰਕ ਹੈ, ਤੂੰ ਜੰਮਦੈ ਸਹੀ ਆਂਦਨ, ਜਦਾਂ ਤੂੰ ਜੰਮਦੈ ਤੂੰ ਹੀ ਪਲੀਤ, ਮਾਂ ਹੀ ਪਲੀਤ, ਜਾ ਹੀ ਪਲੀ, ਹਾਏ ਹਾਏ ਖੁਦਾ ਦੀ ਕਸਮ ਹੈ ਸਰਦਾਰ ਜੀ, ਆਓ ਸੱਚ ਆਵੇ, ਉਹ ਬੰਦਾ ਜਿਹੜਾ ਹੁਸੈਨੀ, ਮੈਂ ਆਖਿਆ ਜਿਹੜਾ ਬੰਦਾ ਹੁਸੈਨੀ ਹੈ ਉਹ ਬੰਦਾ ਸੱਚ ਆਵੇ, ਮੈਂ ਦੱਸਣਾ ਚਾਹੁੰਦਾ ਇਮਾਮ ਹੁਸੈਨ ਦੀ ਕੈਸੀ ਆਮਦ ਹੋਈ ਹੈ, ਸੱਚ ਉਹ ਇਮਾਮ ਹੁਸੈਨ ਦੀ ਪਾਕ ਬਾ ਬੀਬੀ ਬਤੂਲ ਦੀ ਕੈਸੀ ਤਾਜ਼ੀ, ਮੈਂ 70 ਪੇਸ਼ ਕਰਦਾ ਪਿਆ ਸੁਣਾਵਾਏ। ਇੱਕ ਮੌਲੂਦ ਹੈ, ਇੱਕ ਮੌਲੂਦ ਹੈ ਜਿਸਨੇ ਆ ਕੇ ਹੀ ਸਜਦਾ ਕੀਆ ਹੈ, ਤੀਨ ਸ਼ਾਬਾਨ ਕਾ ਜਿਹੜੇ ਹੁਸੈਨੀ ਬੇਟੇ ਹੱਥ ਉੱਚੇ ਨਾਰਾ ਹੈ ਦਰੀ ਭਾਈ ਜਾਨ, ਆਓ ਸਰਦਾਰ ਸਾਹਿਬ, ਇੱਥੇ ਹੈ ਬੀਬੀ ਬਤੂਲ, ਇੱਥੇ ਪਾਕ ਰਸੂਲ, ਇੱਥੇ ਮਿੱਠਾ ਮਦਰੀ, ਇੱਥੇ ਬੀਬੀ ਬਤੂਲ, ਸੋਹਣਾ ਨਾ ਬਈ, ਬੀਬੀ ਬਤੂਲ ਦੇ ਪਾਸੇ ਵੇਖ ਕੇ ਮੇਰੇ ਅੱਲਾ ਮੈਂ ਕਿੱਥੇ ਪੜ੍ਹਾਂ, ਜੇ ਹੁਸੈਨ ਹੀ ਨਾ ਬੋਲਣ ਤਾਂ ਇਮਾਮ ਹੁਸੈਨ ਦੀ ਸ਼ਾਨ ਮੈਂ ਕਿੱਥੇ ਪੜ੍ਹਾਂ, ਰਜਵਾ ਸਾਦਾਤ ਅਲੀ ਨਾ ਬੋਲਣ ਕਿਹੜਾ ਮਜਮਾ ਬੋਲ ਸਕਦਾ ਮੇਰਾ ਸੋਹਣਾ ਲਾ, ਇੱਥੇ ਬੀਬੀ ਬਤੂਲ, ਇੱਥੇ ਪਾਕ ਰਸੂਲ, ਪਾਕ ਰਸੂਲ, ਬੀਬੀ ਬਤੂਲ ਦੇ ਪਾਸੇ ਵੇਖ ਕੇ ਗੱਲ ਵੱਡੀ ਕਰਦੇ ਨੇ, ਹਜ਼ੂਰ ਪਾਕ ਪਰ ਫਰਮਾਉਂਦੇ ਨੇ ਸੁਣੋ ਆ ਉਮੇ ਅਬੀ ਹਾ
मुस्तफा हो गया है तीन शाबान का। ला बिसार चाहो इमाम हुसैन अस्सलाम दी आमद हो गई। आओ ये सत्र पेश करें दा पे एक शेर छोड़ दिता मैं ये शेर वड्डा है आओ हवाले करें दा पे साई हूँ तुसा बानी भी हो आले मोहम्मद तुम इज्जत भी दी है ये पूरा मजमे जींदा रहे तुरा साया भी कायम रहे। मैं शेर पेश करें दा पियाँ जेरे जेरे मोमिन का हथ खड़ा थी वे ना उस मोमिन के हथ इमाम हुसैन दे रोजे ना लग सन जिन्हें बुलंद हो सन। आओ इमाम हुसैन की आमद हो गई ते होया क्या ए लो शाबाश शाबाश तनु सलाम है कुरान दी कसम हद चे उन हैदरी सुना भाई लोबा कनीजी में आते हुए हद है के फिजा बिमाद हुए झूले नूर से झूले नूर से लेके फुतर से शिफा शाबान को हाथ बुलंद करके बड़ा नारा है दरी दूसरा नारा है दरी। बड़ी मेहरबानी हजूर पाक एक दफा बोलो क्या आख्या में सारे मोमिन हो ना मुसलमान हो ना एक दफा बोलो हजूर पाक भाई जान बीबी बतूल दे कोल है सरदार जी गल मैं वड्डी करदा पिया आओ फरमाया बतूल बेटा ए तेन पता है ना हर कोई मैं मुहम्मद को मंगदा है सुभान अल्लाह ते आज मैं मुहम्मद तेरे को मंगन आया हाय ते मैंने खाली ना बुलावे मैनू बाबा हुक्म तो करो। फरमाया बेटा बतूल ए तेन पता है ना मैं किस्मत अंबिया हूँ मुझको मेरा कदर हुसैन दे दो मैं किस्मत अंबिया हूँ मुझको मेरा कदर हुसैन दे दो मैं किस्मत उच्चा नारा है दरी तुम्हारी चादर में ही बका है हटा के चादर हुसैन दे दो तुम्हारी चादर में ही बका है हटा के चादर हुसैन दे दो हटा के चादर हुसैन दे दो हटा के चादर ओए बोलो हटा के चादर इना को लाल साके बने झलने आ जा रहा 5 मिनट यार ए नहीं झले ने हरी तुसा जल्दी चक्की ते जरा ला भाई साथ चाओ मेरा सबको तना पड़ा किस्मत का आगाज अंजाम हुसैन वाह कुल मुर्शिद की किस्मत का आगाज अंजाम हुसैन ने हां हाँ हाथ चो सारे बड़े सुन है दरी हाँ त्राय चा
ਯਾਰ ਦਾ ਜਸ਼ਨ ਮਨਾਤਾ ਸਹੀ ਤ੍ਰੈ ਚਾਰ ਦਾ ਜਸ਼ਨ ਮਨਾਤਾ ਸਹੀ ਤ੍ਰੈ ਚਾਰ ਦਾ ਜਸ਼ਨ ਮਨਾਤਾ ਸਹੀ ਤ੍ਰੈ ਚਾਰ ਦਾ ਜਸ਼ਨ ਮਨਾ ਹੱਥ ਖੜਾ ਕਰੋ ਜਿਹੜੇ ਹੁਸੈਨੀ ਬੈਠੇ ਜਿਹੜੇ ਗਾਜ਼ੀਆਬਾਦ ਦੇ ਨੌਕਰ ਤੇ ਮੁਰੀਦ ਬੈਠੇ ਤਾਂ ਕੋਈ ਇਮਾਮ ਹੁਸੈਨ ਦਾ ਵਾਸਤੇ ਤੇ ਗਾਜ਼ੀ ਦਾ ਵਾਸਤਾ ਸਰ ਚਾਹ ਤੇ ਲਿਖਿਆ ਮੇਰੇ ਪਾਸੇ ਸਜੇ ਖਬੇ ਨੇ ਇਹ ਮਿਸਰਾ ਸੁਣੋ ਚਾਹ ਤੇ ਮੈਂ ਤੁਹਾਡੇ ਹੱਕ ਦੀ ਦੁਆ ਕਰਾਂ ਸਰ ਚਾਹ ਲਿਖਿਆ ਮੇਰੇ ਪਾਸੇ ਹੋਇਆ ਕਿਆ ਏ ਸ਼ਾਬਾਨ ਨਿਠੈ ਜਾਗ ਪਈਏ ਦਿਨ ਦੇ ਤੱਕ ਦੇ ਸ਼ਾਬਾਨ ਨਿਠੈ ਜਾਗ ਪਈਏ ਦਿਨ ਦੇ ਤੱਕ ਦੇ ਜ਼ਹਰਾ ਦੀ ਪਾਕ ਗੋਦ ਦੇ ਵਿੱਚ ਆ ਗਿਆ ਸ਼ਬੀਰ ਜ਼ਹਰਾ ਦੀ ਪਾਕ ਗੋਦ ਦੇ ਵਿੱਚ ਗਿਆ ਸ਼ਬੇ ਹੈ ਚਾਰ ਗੁਲਜ਼ਹਰਾ ਦੀ ਦੁਆ ਕੋ ਮਿਲ ਤਾਸੀਰ ਭਾਈ ਜਾਨ ਗੁਲਜ਼ਹਰਾ ਦੀ ਦੁਆ ਕੋ ਮਿਲ ਤਾਸੀਰ ਤਸਵੀਰ ਜਿਹੜਾ ਰੱਬ ਦੀ ਆਈ ਉਹਦੀ ਤਸਵੀਰ ਤਸਵੀਰ ਜਿਹੜਾ ਰੱਬ ਦੀ ਆਈ ਉਹਦੀ ਤਸਵੀਰ ਤੁਹਾਡੇ ਘਰ ਵਿੱਚ ਪੰਜ ਦਿਨ ਬੈਠਿਆ ਸੇ ਤੂੰ ਘਰ ਤੇ ਅੱਲਾ ਮਲਵਾ ਕਿਆ ਬਾਤ ਹੈ ਕਿਆ ਬਾਤ ਹੈ ਜਸ਼ਨ ਇਹ ਤਾਂ ਕੋਈ ਜੰਨਤ ਬਣ ਗਈ ਹੈ ਹੱਥ ਬੁਲੰਦ ਕਰਕੇ ਬੋਲੋ ਸੁਖੀ ਸ਼ਹਬਾਜ ਕਲੰਦਰ ਬਈ ਕਿਆ ਬਾਤ ਹੈ ਕਿਆ ਬਾਤ ਹੈ ਕਿਆ ਬਾਤ ਹੈ ਕਿਆ ਪੂਰਾ ਪੰਡਾਲ ਜ਼ਿੰਦਾਬਾਦ ਪੂਰਾ ਜਸ਼ਨ ਜ਼ਿੰਦਾਬਾਦ ਬਾਨੀਆਂ ਨੇ ਜਸ਼ਨ ਜ਼ਿੰਦਾਬਾਦ ਪੂਰੇ ਦਾ ਪੂਰਾ ਪੰਡਾਲ ਜ਼ਿੰਦਾਬਾਦ ਇਹ ਮੈਂ ਕਰਦਾ ਰਹੀ ਹਾਂ ਤੁਹਾਨੂੰ ਚੈੱਕ ਮੈਂ ਕੋਈ ਕਸੀਦੇ ਦੀ ਫਰਮਾਇਸ਼ ਥਈ ਹੈ ਮੈਂ ਕਸੀਦਾ ਤਾਂ ਪੜਸਾਂ ਜੇ ਪਹਿਲੇ ਮੇਰਾ ਕਸੀਦਾ ਇੱਕੋ ਦਫਾ ਤਾਂ ਮੇਰੋ ਦੇਖੋ ਤਾਂ ਭਾਈ ਜਾਨ ਹੈਲੋ ਇੱਕੋ ਦਫਾ ਮੇਰੋ ਦਿਖਾਏ ਔਰ ਮੈਂ ਕਸੀ ਸਰਦਾਰ ਸਾਹਿਬ ਔਰ ਕਸੀਦਾ ਸੁਣਾ ਤਾਂ ਮੋਮਨੀਨ ਦੀ ਥਕਾਨ ਮੁੱਲਾਂ ਤੇ ਘਰ ਪਹੁੰਚ ਇਜਾਜ਼ਤ ਹੈ ਸੁਣਾਵਾ ਚਾ ਬਾਈ ਹੋ ਪੀਰ ਅਸਾਂ ਗੈਰਾਂ ਨੂੰ ਬਣਾਉਣਾ ਕੋਈ ਨਹੀਂ ਦਰ ਉੱਤੇ ਕੰਮੀਆਂ ਦੇ ਜਾਣਾ ਕੋਈ ਹੱਥ ਬੁਲੰਦ ਕਰਕੇ ਬੋਲੋ ਸਖੀ ਸ਼ਾਬਾਜ ਕਰਨ ਲਾਲ ਹੱਥ ਬੁਲੰਦ ਕਰਕੇ ਅਲੀ ਹੱਕ ਅਲੀ ਅਸਾਂ ਮੌਲਾ ਅਲੀ ਦੇ ਹਾਂ ਅਲੀ ਸਾਡਾ ਖੜ ਬਾਈ ਪਰ ਸਰਦਾਰ ਵਾਲਾ ਕਸੀਦਾ ਕੱਢ ਜਿਹੜਾ ਪੜਦੇ ਰਾਣੀ ਹਾਂ ਕੱਢ ਜਲਦੀ ਕਰ ਜਗ ਜੁੜ ਗਈ ਮੇਰੇ ਡੇ ਕਾਕਾ ਮੇਰੇ ਡੇ ਇਜਾਜ਼ਤ ਹੈ ਬਈ ਮੈਂ ਬਾਣੀਆਂ ਨੇ ਜਸ਼ਨ ਦੀ ਬਣਨਾ ਚਾਹ ਮੇਰੇ ਦੇਖੋ ਬਈ ਇਜਾਜ਼ਤ ਹੈ ਬਈ ਪੜਾ ਬਈ ਹੋ ਝਗੜੇ ਦੀ ਗੱਲ ਨਹੀਂ ਜਗ ਦੀ ਸਲਾਹ ਓ ਝਗੜੇ ਦੀ ਗੱਲ ਨਹੀਂ ਜਗਦੀ ਸਲਾ ਓ ਝਗੜੇ ਦੀ ਗੱਲ ਨਹੀਂ ਜਗਦੀ ਸਲਾ ਹੈ ਪਰ ਕੋ ਜਗਦੇ ਹਾਂ ਹਾਂ ਹੈ ਡਰ ਸ਼ਿਵਾ ਕਾਇਮ ਬਏ ਉਡਾਏ ਔਰ ਮੋਤ ਲੈ ਔਰ ਮੋਤ ਲੈ ਔਰ ਮੋਤ ਲੈ ਬੋਲੋ ਬੋਲੋ ਸਖੀ ਸ਼ਾਹ ਬਾ ਜ਼ਿਕਰ
پڑھا بھائی قصیدہ، ہاتھ کھڑا کرو جڑے سننا چاہتے ہو قصیدہ پڑھدا پیا ہویا مولا دا نظارہ لایا مومنان نارا 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 سن لو او نسل شیطان ہو گیا نا بوزر ہونا کمبر ہونا ذلکر نین سکندر ہونا بوزر نا کمبر ہونا ذلکر سکندر ہونا بوزر ہونا کمبر ہونا ذلکر نین سکندر ہونا بوزر ہونا کمبر ہونا ذلکر نین سکندر نا بوزر ہونا کمبر ہونا ہاتھ بلند کر کے بولو بولو سخی شہباز کرن لار بوزر ہونا کمبر ہونا ذلکر نین سکندر ہونا بوزر ہونا کمبر ہونا ذلکر نین سکندر ہونا بوزر ہونا کمبر ہونا ذلکر نین سکندر ہونا علی نال جندا رجو چنگا کوئی نہیں اون بندے دا اصلو لہو چنگا کوئی نہیں جو نام علی سن کے منہ چوٹاوے یا بندہ غلط ہے یا پیو چنگا کوئی نہیں نا بوزر ہونا کمبر ہونا ذلکر نین سکندر کلندہ تو سندھ قدم ویکھی ہے دنیا تو وکھرا میں کم ویکھی ہے اے عابد کلندہ تو تھوڑا کرشمہ کراڑاں دے گھاتے علم ہاتھ بلند کر کے ہاتھ بلند کر کے علی حق علی 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 بھائی آؤ پرچی کٹ